लाला आलम लोहार साहब, आरफ लोहार दे वाला साहब, अल्लाह जन्नत नसीब करे, लाला आलम लोहार साहब वाकई आलम सन। हर कलाम उन्होंने याद सी, सस्सी पुन्नू, मिर्जा साहबा, हीर पीर वारिशा, यूसुफ जलेखा, हज़रत अहले बैत दा कलाम बड़ा याद सी, सरकार दो आलम सल्लल्लाहु अलैहि वसल्लम दे नवासियां दा बड़ा कलाम याद सी लाला आलम लोहार साहब नूं। अच्छा, लाला आलम लोहार साहब गुफ्तगू किस तरह फरमांदे सन ते गांदे किस तरह सन? इस वेले ढोलक तबला वाजा, मेरे को हारमोनीयम कीबोर्ड नहीं गा, मैं सारा कुछ मूँह नाल ही प्ले करांगा ते तुसीं कबूल करना। हुण समझो कि मेला लगा है, पीड़ी पाक रहमान सरकार दा मेला लगा या बाबे गुल्लू शाह दी मंडी या दाता सरकार दा मेला लगा, ते पिंडां दे लोकां नूं वाकिया सुणांदे सन लाला आलम लोहार साहब, कुछ कोलों बना के वी, कुछ लंडन दे अमेरिका दे गुजरे हुए वाकिया सुणाने, ते सारी रात पेंडुआं नूं बिठाउणा हुंदा सी लाले आलम लोहार साहब ने, क्योंकि पुराने दौर च वैगना नहीं सन होंदियां, लोडर पिकपा होंदियां नहीं सन, ते पेंडुआं नूं पिंडां जांदे सन वापस, कुत्ते पैंदे सन, ते सवारी कोई नहीं सी हुंदी, उन्होंने फिर सारी रात मेले च गुजारनी हुंदी सी। 5 रुपए दी 10 रुपए दी उस जमाने च टिकट हुंदी सी। हुण लाला जी उन्होंने अपने कोलों वाकिया सुणाउंदे सन, पेंडुआं ने वड्डा कतलमा लै लैणा लाल रंग दा, थोड़ा जिहा खा लिया बाकी उहदी छावें फिरदे रहे, जलेबियां खा के ने पिंडां दे लोक, घिओ जिहड़ा बजदा ना तेल, उह सिर नूं मल लैंदे, सिर ते फिर मच्छर ऐ घुम्मदा, ਤੂੰ ਸਮਝਦੇ ਅਸੀਂ ਪਤਾ ਨਹੀਂ ਘਿਓ ਲਾਇਆ ਹੈ, ਬੰਸਰੀ ਬਸੂਰੀ ਹੁੰਦੀ ਹੈ ਤਾਂ ਉਹਨਾਂ ਨੂੰ ਖੁੱਸੇ ਵਿੱਚ ਦਰਦ ਹੋ ਰਹੀ, ਖੁੱਸਾ ਤੰਗ ਹੁੰਦਾ ਉਹਨਾਂ ਨੂੰ, ਅਤੇ ਪੇਂਡੂ ਇਹੋ ਜਿਹਾ ਪਰਫਿਊਮ ਲਾਉਂਦੇ ਨੇ ਕਿ ਅੱਲਾ ਮਾਫੀ, ਜਿੱਧਰੋਂ ਲੰਘ ਜਾਣਾ 3-4 ਬਿੱਲੀਆਂ ਬੇਹੋਸ਼ ਹੋ ਜਾਂਦੀਆਂ ਨੇ, ਐਡਾ ਜ਼ਹਿਰੀਲਾ ਪਰਫਿਊਮ ਹੁੰਦਾ। ਹੁਣ ਸਮਝੋ ਕਿ ਮੇਲਾ ਲੱਗਾ ਸਰਕਾਰ ਬਿੜੀ ਸ਼ਾਹ ਰਮੈਨ ਸਰਕਾਰ ਦਾ, ਸਾਹਮਣੇ ਅੰਮਾ ਬਾਲੀ ਜੱਟੀ ਦਾ ਥੀਏਟਰ, ਇੱਧਰ ਨੈਸਲ ਭੱਟੀ ਸਾਹਿਬ ਦਾ ਥੀਏਟਰ ਲੱਗਾ ਹੈ, ਅਤੇ ਇੱਧਰ ਲਾਲੇ ਆਲਮ ਲੋਹਾਰ ਦਾ ਥੀਏਟਰ ਲੱਗਾ। ਲਾਲਾ ਆਲਮ ਲੋਹਾਰ ਸਾਹਿਬ ਗੁਫ਼ਤਗੂ ਕਿਸ ਤਰ੍ਹਾਂ ਫਰਮਾਉਂਦੇ ਸਨ? ਹਾਂ ਮੇਰੇ ਚੌਧਰੀ ਰਾਠੋ ਲੰਬੜਦਾਰੋ, ਫਜ਼ਲ ਕਰੀਮ ਕਸਾਈ ਜੋੜੀ ਵਾਲਾ ਮੇਰੇ ਨਾਲ ਜੋੜੀ ਵਜਾਏਗਾ, ਹਾਂ ਪਾਤ ਸਦਿਕ ਹੁਸੈਨ ਇਹ ਮੇਰੇ ਨਾਲ ਤਬਲੇ 'ਤੇ ਵਜਾਏਗਾ। ਵਾਹ 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 ਵਾਹ। ਸਾਰੀ ਰਾਤ ਲਾਲਾ ਜੀ ਗਾਉਂਦੇ ਰਹੇ, ਅਤੇ ਜੋੜੀ ਵਾਲਾ ਵਜਾ ਵਜਾ ਥੱਕ ਗਿਆ ਤਬਲੇ ਵਾਲਾ, ਥੱਕ ਗਿਆ ਨੇ ਜਦੋਂ ਤਾਂ ਦਿਨ ਚੜ੍ਹ ਗਿਆ, ਅਤੇ ਕਹਿੰਦਾ ਆਖਰੀ ਫਰਮਾਇਸ਼ ਮੇਰੇ ਤਬਲੇ ਵਾਲੇ ਦੀ ਹੈ। ਤਬਲੇ ਵਾਲਾ ਉੱਠ ਕੇ ਝੋਲੀ ਚੁੱਕ ਕੇ ਕਹਿੰਦਾ ਲੋਕਾਂ ਨੂੰ, ਕਹਿੰਦਾ ਭਾਅ ਜੀ ਮੇਰੇ ਬੱਚੇ ਮਰ ਜਾਣ ਜੇ ਮੈਂ ਫਰਮਾਇਸ਼ ਕੀਤੀ ਹੋਵੇ, ਤਾਂ ਮੈਂ ਤਾਂ ਮਰ ਗਿਆ ਵਜਾ ਵਜਾ ਕੇ। ਹੁਣ ਲਾਲਾ ਜੀ ਗੁਫ਼ਤਗੂ ਕਿਸ ਤਰ੍ਹਾਂ ਫਰਮਾਉਂਦੇ ਸਨ ਔਰ ਗਾਉਂਦੇ ਕਿਸ ਤਰ੍ਹਾਂ ਸਨ? ਮੇਰੇ ਰਾਠੋ ਲੰਬੜਦਾਰੋ, ਟਿਕਟਾਂ ਲਈ ਜਾਓ, ਅੰਦਰ ਆਈ ਜਾਓ, ਆਲਮ ਲੋਹਾਰ ਬਕਲਮ ਖੁਦ ਗੱਲ ਕਰ ਰਿਹਾ। ਮੈਂ ਜਿਸ ਵੇਲੇ ਤੁਹਾਡਾ ਮਸਕੀਨ ਲੋਹਾਰ ਪੋਤੀ, ਤੁਹਾਡਾ ਸੇਪੀ, ਮੈਂ ਜਿਸ ਵੇਲੇ ਲੰਡਨ ਹੀਥਰੋ ਏਅਰਪੋਰਟ ਦੇ ਉਤਰਿਆ, ਹਰੇ ਰੰਗ ਦਾ ਮੈਂ ਪੈਂਟ ਕੋਟ ਪਾਇਆ, ਲਾਲ ਰੰਗ ਦੀ ਮੈਂ ਟਾਈ ਬੰਨੀ, ਮੇਮਾ ਕਹਿਣੇ ਗਾਨੀ ਵਾਲਾ ਬਾਹੂ ਕਿੱਥੋਂ ਆ ਗਿਆ, ਮੇਰੇ ਲੰਮੇ ਲੰਮੇ ਵਾਲ, ਕੁੜੀਆਂ ਮੇਮਾ ਮੇਰੇ ਵਾਲਾਂ ਨੂੰ ਛੇੜਨ, ਉਹ ਪੰਜਾਬੀ ਮੈਨ, ਉਹ ਮੈਂ ਕਿਹਾ ਕੁੜੀਓ ਕੋਈ ਸ਼ਾਇਦ ਨਾ ਲੜਾ ਪੈਣਾ ਮੇਰੇ ਵਾਲਾਂ 'ਚੋਂ, ਮੀਮਾ ਕਹਿਣ ਪੇਂਡੂ ਮੈਨ, ਪੰਜਾਬੀ ਮੈਨ, ਪਾਕਿਸਤਾਨੀ ਮੈਨ, ਤੁਸੀਂ ਜਿੰਨਾ ਮਰਜ਼ੀ ਪੰਜਾਬ ਦੇ ਲੋਕ ਸ਼ੈਂਪੂ ਨਾਲ ਸਿਰ ਧੋਵੋ, ਤੁਹਾਡੇ ਪੰਜਾਬੀਆਂ ਦੇ ਸਿਰਾਂ 'ਚੋਂ ਲੱਸੀ ਦੀ ਬੋਹ ਨਹੀਂ ਜਾਣੀ। ਮੈਂ ਉਹਨੂੰ ਕਿਹਾ ਰਾਇ ਰਹਿ ਜਾਣ ਵਾਲੇ ਫਰੰਗੀ ਦੀ ਧੀਏ, ਪੰਜਾਬ ਦੀ ਲੱਸੀ ਨੂੰ ਬੁਰਾ ਨਾ ਕਹੀਂ, ਚਾਟੀ 'ਚ 5-4 ਦਿਨ ਪਈ ਰਵੇ, ਆਹਾ ਉਹ ਸ਼ੈਂਪੂ ਹੀ ਬਣ ਜਾਂਦੀ, ਬੋਸੂ ਜੂ ਜਾਂਦੀ ਹੈ, ਥੋੜ੍ਹਾ ਜਿਹਾ ਗਲਾਸ ਪੀ ਲਿਆ, ਬਾਕੀ ਤਾਂ ਸਿਰ ਨਾਲ ਧੋ ਲਿਆ। ਲਓ ਮੈਂ ਫਿਰ ਉੱਥੇ ਮਿਰਜ਼ਾ ਜੱਟ ਅਤੇ ਸਾਹਿਬ ਮੈਂ ਪੇਸ਼ ਕੀਤਾ, ਨੀਲ ਕਰਾਈਆਂ ਨੀਲਕਾ, ਮੇਰਾ ਤਨ ਮਨ ਨੀਲੋ ਨੀਲੋ, ਮੈਂ ਸੌਦੇ ਕੀਤੇ ਦਿਲਾਂ ਦੇ, ਸੌਦੇ ਕੀਤੇ ਦਿਲਾਂ ਦੇ, ਮੈਂ ਧਰ ਲੈਣੈਨ ਵਕੀਲ, ਰੱਬ ਵਕੀਲੀ ਨਾ ਕਰੇ ਤੇ ਬੰਦਾ ਕੌਣ ਵਕੀਲ, ਰਾਤ ਚਨੇ ਦੀ ਚਾਨਣੀ, ਰਾਤ ਚਨੇ ਦੀ ਚਾਨਣੀ, ਤੇ ਪੂਣੀ ਵਰਗਾ ਕਾਂ ਉੱਡਿਆ ਦਾਨਾ ਆਬਾਦ ਨੂੰ, ਤੇ ਪੈਂਦੀ ਰਾਤ ਚ ਨਾ ਤਤੀ ਦੇਠ ਪੰਗੂੜਾ ਰੰਗਲਾ, ਹੇਠ ਪੰਗੂੜਾ ਰੰਗਲਾ, ਤੇ ਠੰਡੀ ਵਣਾਂ ਦੀ ਛਾਂ, ਮੈਂ ਗਿਣ ਗਿਣ ਲਾਉਂਦੀ ਅੱਟੀਆਂ, ਮੈਂ ਗਿਣ ਗਿਣ ਲਾਉਂਦੀ। ਮੇਰੇ ਪੈਣੋ ਤੇ ਭਰਾਓ, ਚਰਖਾ ਹੁੰਦਾ ਛੋਟੀ ਜਿਹੀ ਕਾਟਨ ਮਿੱਲ, ਮੈਂ ਉਹਨੂੰ ਕਹਿੰਦਾ ਸੂਤਰ ਦੀਆਂ ਆਟੀਆਂ, ਜਿਹਦੇ ਨਾਲ ਖੇਸ ਬਣਦੇ ਨੇ, ਖੱਦਰ ਦੇ ਕੁੜਤੇ ਬਣਦੇ ਨੇ, ਹੈਂਜੀ, ਅਤੇ ਅਸੀਂ ਤਾਂ ਖੇਸ ਸਨ ਜਾਂ ਬੁੱਕਲਾਂ ਮਾਰਨ ਵਾਲੇ ਲੋਕ ਸਨ, ਟਾਈਆਂ ਕੋਟ ਚੈਸਟਰ ਜਿਹੜੇ ਨੇ, ਇਹ ਤਾਂ ਅੰਗਰੇਜ਼ਾਂ ਦਾ ਲਿਬਾਸ ਹੈ। ਗਿਣ ਗਿਣ ਲਾਉਂਦੀ ਅੱਟੀਆਂ ਵਿੱਚ ਨਾ ਜੱਟ ਦਾ ਨਾਮ, ਮੈਨੂੰ ਲੈ ਚਲੇ ਇੱਥੋਂ ਕੱਢ ਕੇ, ਲੈ ਚਲੇ ਇੱਥੋਂ ਕੱਢ ਕੇ, ਬਈ ਜਾਣਗੇ ਝਗੜੇ ਮੁੱਕ, ਤੂੰ ਚੌਧਰੀ ਦਾਨਾਬਾਦ ਦਾ, ਤੂੰ ਚੌਧਰੀ ਦਾਨਾਬਾਦ ਦਾ, ਮੇਰੇ ਇਸ਼ਕ ਬਣਾਇਓ ਚੋਰ, ਇਹ ਰਨ ਤਮਾਕੂ ਛਿੱਕਣੀ, ਰਨ ਤਮਾਕੂ ਛਿੱਕਣੀ, ਲੋਕੋ ਹਾਕਮ ਵੱਡੀ ਖੋਰ, ਸੱਚੇ ਪੁੱਤਰ ਜਿਨ੍ਹਾਂ ਦੇ ਲਾਡਲੇ, ਪੁੱਤਰ ਜਿਨ੍ਹਾਂ ਦੇ ਲਾਡਲੇ, ਬਈ ਤੱਤੀ ਉਹਨਾਂ ਦੀ ਜਾਨ। ਸ਼ਾਇਰ ਨੇ ਪੰਜਾਬ ਦੀ ਤਾਰੀਫ ਕੀ ਲਿਖੀ ਹੈ, ਪੂਰੀ ਦੁਨੀਆਂ 'ਚ ਦੋ ਮੌਸਮ ਹੁੰਦੇ ਨੇ, ਗਰਮੀ ਜਾਂ ਸਰਦੀ, ਪੰਜਾਬ 'ਚ ਮੌਸਮ ਹੈ ਬਹਾਰ, ਪੱਤਝੜ, ਗੁਲਾਬੀ ਬਹਾਰ ਦਾ ਮੌਸਮ, ਸਾਵਣ ਭਾਦਰੋਂ, ਆਹਾ ਹਾ ਹਾ, ਪੋਹ ਮਾਘ ਦੀਆਂ ਕਾਲੀਆਂ ਰਾਤਾਂ, ਤਿੱਖੜ ਦੁਪਹਿਰ। ਸ਼ਾਇਰ ਨੇ ਤਾਰੀਫ ਕੀ ਲਿਖੀ ਹੈ ਪੰਜਾਬ ਦੀ, ਭੋਲਾ ਜਾਨਵਰ ਮਿਸਲ ਕਬੂਤਰਾਂ ਦੀ, ਖੱਚਰ ਵਿੱਚ ਨਹੀਂ ਪੰਛੀਆਂ ਕਾਂ ਜਿਹਾ, ਮਾਂ ਮਰੇ ਤੇ ਪਾਲਦੀ ਬੱਚਿਆਂ ਨੂੰ, ਦੁੱਧ ਜੱਗ ਤੇ ਨਹੀਂ ਜੇ ਗਾਂ ਜਿਹਾ, ਇਸੇ ਵਾਸਤੇ ਕਿਸੇ ਨੇ ਕਿਹਾ ਮਾਈ ਕਤਲ ਕਰਨਾ ਗਊ ਨੂੰ ਬੜੇ ਗੁਨਾਹ ਜੇ।
ਮੇਵੇ 100 ਦਰਖਤਾਂ ਦੇ ਹੋਣ ਮਿੱਠੇ ਪਰ ਸੁੱਖ ਨਾ ਬੋੜ ਦੀ ਛਾਂ ਜਿਆ ਵਿੱਚੋਂ ਜਾੜ ਦੇ ਮਿਲੇ ਲੁਹਾਰਾ ਦੁਸ਼ਮਣ ਉੱਥੇ ਜ਼ੋਰ ਨਹੀਂ ਆਪਣੀ ਬਾਂ ਜਿਆ ਔਖੀ ਘੜੀ ਸਿਰ ਤੇ ਪੈ ਜਾਵੇ ਲਹੂ ਭਗਰਦਾ ਨਹੀਂ ਸਕਿਆ ਭਰਾ ਜਿਆ ਮੈਂ ਬਾਜ ਭਰਾਵਾਂ ਮਾਰਿਆ ਮੇਰੀ ਖਾਲੀ ਹੋ ਗਈ ਕੰਡ ਮਿਰਜ਼ੇ ਜੱਟ ਨੇ ਤੇ ਸਾਹਿਬਾਂ ਨੇ ਲਾ ਲਿਆ ਸਾਂਦਲ ਬਾਰ ਚ ਡੇਰਾ ਸਾਂਦਲ ਬਾਰ ਦੁੱਲੇ ਭੱਟੀ ਦੇ ਪੜਦਾਦੇ ਦੇ ਨਾਮ ਤੋਂ ਏਰੀਆ ਆਬਾਦ ਸੀ ਬਾਬੇ ਸਾਂਦਲ ਦੇ ਨਾਂ ਤੋਂ ਸਾਹਿਬਾਂ ਕਹਿੰਦੀਆਂ ਮਿਰਜ਼ੇ ਇੱਥੋਂ ਨਿਕਲ ਚੱਲੀਏ ਖਾਨ ਸ਼ਮੀਰ ਦੇ ਘੋੜੇ ਤੇ ਬੂਲੀ ਕੁੱਤੇ ਤੇ ਤੀਰ ਕਮਾਨ ਸਾਡਾ ਪਿੱਛਾ ਕਰ ਰਹੇ ਨੇ ਜਵਾਨੀ ਇੰਨੀ ਤੇ ਨਾ ਤਜਰਬਾਕਾਰ ਹੁੰਦੀ ਹੈ ਆਹਾ ਹਾ ਹਾ ਇਹ ਜਿਹੜੀ ਮੈਂ ਨਾਂ ਲਿਆ ਬਾਬੇ ਸਾਂਦਲ ਬਾਰ ਦਾ ਉੱਥੇ ਫੈਸਲਾਬਾਦ ਸ਼ਹਿਰ ਆਬਾਦ ਕੀਤਾ ਅੰਗਰੇਜ਼ਾਂ ਨੇ ਆਪਣੇ ਝੰਡੇ ਦੇ ਉੱਤੇ ਆਪਣੇ ਫਲੈਗ ਪਰਚਮ 'ਤੇ ਜਿਹਦਾ ਨਾਂ ਲਾਇਲਪੁਰ ਸੀ ਅਸੀਂ ਅਰਬੀਆਂ ਕੋਲੋਂ ਪੈਸੇ ਰੱਖ ਕੇ ਉਹਦਾ ਨਾਂ ਫੈਸਲਾਬਾਦ ਰੱਖ ਦਿੱਤਾ ਸਾਹਿਬਾਂ ਕੀ ਕਹਿੰਦੀ ਤੇ ਕੀ ਜਵਾਬ ਸਵਾਲ ਹੁੰਦੇ ਨੇ ਸਾਹਿਬਾਂ ਦੇ ਤੇ ਮਿਰਜ਼ੇ ਜੱਟ ਦੇ ਸਾਹਿਬਾਂ ਕਹਿੰਦੀਆਂ ਇੱਥੋਂ ਨਿਕਲ ਚੱਲੀਏ ਸਾਹਿਬਾਂ ਕੀ ਕਹਿੰਦੀ ਤੇ ਮਿਰਜ਼ਾ ਜੱਟ ਕੀ ਕਹਿੰਦਾ ਪਹਿਲੇ ਮੈਂ ਸ਼ੇਰ ਮੈਂ ਤੁਹਾਨੂੰ ਦੂਸਰਾ ਸੁਣਾਉਣਾ ਮਿਰਜ਼ਾ ਜੱਟ ਬੈਠਾ ਬੱਕੀ ਘੋੜੀ 'ਤੇ ਜੱਟ ਵੰਝਲ ਮੱਧ ਦਿੰਦਾ ਕਿ ਮਿਰਜ਼ਿਆ ਖੀਵੇ ਨਾ ਜਾਈਂ ਤੇਰੇ ਮਾਮਿਆਂ ਫੁੱਫੀਆਂ ਦੇ ਪੁੱਤ ਨੇ ਤੈਨੂੰ ਜਾਨੋਂ ਮਾਰ ਦੇਣਗੇ ਜਵਾਨੀ ਇੰਨੀ ਤੇ ਨਾ ਤਜਰਬਾਕਾਰ ਹੁੰਦੀ ਸ਼ਾਇਰ ਨੇ ਕੀ ਲਿਖਿਆ ਲਬ ਚੜ ਦੇ ਮਿਰਜ਼ੇ ਖਾਨ ਨੂੰ ਜੱਟ ਵੰਝਲ ਦੇਂਦਾ ਈ ਮੱਤ ਪੱਠ ਰੰਨਾ ਦੀ ਦੋਸਤੀ ਖੁਰੀ ਜਿਨਾ ਦੀ ਮੱਤ ਹੱਸ ਹੱਸ ਲਾਉਂਦੀਆਂ ਯਾਰੀਆਂ ਹੱਸ ਹੱਸ ਲਾਉਂਦੀਆਂ ਯਾਰੀਆਂ ਮੁੜ ਰੋ ਕੇ ਦੇਂਦੀਆਂ ਦੱਸ ਸਾਹਿਬਾਂ ਕਹਿੰਦੀ ਲਬ ਜੰਡ ਜੰਡੋਲਾ ਬਾਰਦਾ ਲਬ ਜੰਡ ਜੰਡੋਲਾ ਬਾਰਦਾ ਇਹਦੀ ਕੈਸੀ ਛਾਂ ਬਣੀ ਇਹਦੀਆਂ ਕੋਰਾਂ ਨਾਲ ਜ਼ਮੀਨ ਦੇ ਇਹਦੀਆਂ ਕੋਰਾਂ ਨਾਲ ਜ਼ਮੀਨ ਦੇ ਕੋਰਾਂ ਨਾਲ ਜ਼ਮੀਨ ਦੇ ਇੱਥੇ ਪੈਂਦੀ ਨਹੀਂ ਕਣੀ ਕਿਉਂ ਦੁਪਹਿਰੀ ਘੋੜੀ ਮਾਰੀਏ ਸਾਹਿਬਾਂ ਕਿਉਂ ਦੁਪਹਿਰੀ ਘੋੜੀ ਮਾਰੀਏ ਕਿਹੜੀ ਸਿਰ 'ਤੇ ਸੌੜ ਬਣੀ ਸੌੜ ਦਾ ਮਤਲਬ ਹੁੰਦਾ ਪ੍ਰੋਬਲਮ ਪਰੇਸ਼ਾਨੀ ਤੈਨੂੰ ਲੈ ਜਾਵਾਂ ਦਿਨ ਡੀਗਰੇ ਤੈਨੂੰ ਲੈ ਜਾਵਾਂ ਦਿਨ ਡੀਗਰੇ ਲੈ ਜਾਵਾਂ ਦਿਨ ਡੀਗਰੇ ਨੀ ਤੂੰ ਦਾਨਾਬਾਦ ਵੜੀ ਜੱਟਾਇਓ ਹਾਂ ਹਾਂ ਹਾਂ।